ਗਿੱਦੜਬਾਹਾ ਦੇ ਜੰਮਪਲ ਅਤੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਮਾਤਾ ਸਰਦਾਰਨੀ ਤੇਜ ਕੌਰ, ਜਿਨ੍ਹਾਂ ਦਾ ਬੀਤੀ ਦੇਰ ਸ਼ਾਮ ਗਿੱਦੜਬਾਹਾ ਵਿਖੇ ਦੇਹਾਂਤ ਹੋ ਗਿਆ ਸੀ, ਉਹਨਾਂ ਦਾ ਗਿੱਦੜਬਾਹਾ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਤਾ ਤੇਜ ਕੌਰ ਨੂੰ ਉਹਨਾਂ ਦੇ ਵੱਡੇ ਪੁੱਤਰ ਗੁਰਦਾਸ ਮਾਨ, ਛੋਟੇ ਪੁੱਤਰ ਗੁਰਪੰਥ ਸਿੰਘ ਮਾਨ ਅਤੇ ਪੋਤਰਿਆਂ ਗੁਰ ਇਕ ਮਾਨ ਅਤੇ ਗਿੰਨੀ ਮਾਨ ਵੱਲੋਂ ਮੁੱਖ ਅਗਨੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਾਤਾ ਤੇਜ ਕੌਰ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਰਿਹਾਇਸ਼ ਤੇ ਆਮ ਲੋਕਾਂ ਦੇ ਦਰਸ਼ਨਾਂ ਹਿੱਤ ਰੱਖਿਆ ਗਿਆ। ਗਿੱਦੜਬਾਹਾ ਅਤੇ ਆਸ ਪਾਸ ਦੇ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਮਾਤਾ ਤੇਜ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਹੁਣ ਕੌਣ ਕਹੂ ਮਰ ਜਾਣਾ, ਆਪਣੀ ਮਾਂ ਦੇ ਬਚਪਨ ਵਿੱਚ ਕਹੇ ਸ਼ਬਦਾਂ ਨੂੰ ਅਕਸਰ ਹੀ ਆਪਣੇ ਗੀਤਾਂ ਵਿੱਚ ਮਰ ਜਾਣਿਆ ਮਾਨਾ ਮਾਨ ਮਰ ਜਾਣਾ ਬਿਆਨ ਕਰਨ ਵਾਲੇ ਗੁਰਦਾਸ ਮਾਨ ਨੇ ਅੱਜ ਆਪਣੀ ਮਾਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਬੜੇ ਹੀ ਦੁਖੀ ਅਤੇ ਭਾਵੁਕ ਮਨ ਨਾਲ ਕਿਹਾ ਕਿ ਉਸ ਨੂੰ ਮਰ ਜਾਣਾ ਕਹਿਣ ਵਾਲੀ ਉਹਨਾਂ ਦੀ ਮਾਂ ਇਸ ਦੁਨੀਆ ਤੋਂ ਸਦਾ ਲਈ ਚਲੀ ਗਈ ਹੈ। ਅਦਾਰਾ ਜਗਤ ਸੇਵਕ ਮਾਤਾ ਤੇਜ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਯਾਦਾਂ ਛੋਟੀ ਜਿਹੀ ਗੱਲ ਦੇ ਵਿੱਚ ਨਹੀਂ ਨਿਬੜ ਸਕਦੀਆਂ। ਮਾਤਾ ਜੀ ਦਾ ਨਾਂ ਹੀ ਐਡਾ ਵੱਡਾ, ਰੱਬ ਦਾ ਨਾਂ ਐਡਾ ਵੱਡਾ ਹੁੰਦਾ, ਉਹਨੂੰ ਇੱਕ ਗੱਲ ਦੇ ਵਿੱਚ ਸਮੇਟਿਆ ਨਹੀਂ ਜਾ ਸਕਦਾ। ਪਰ ਇਹੀ ਹੈ ਕਿ ਬਹੁਤ ਪਹਿਲਾਂ ਗੀਤ ਗਾਇਆ ਸੀ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ, ਸੋ ਉਸ ਦੇ ਵਿੱਚ ਸਾਰਾ ਕੁਛ ਹੀ ਆਇਆ ਹੋਇਆ ਸੀ। ਸੋ ਮੈਂ ਧੰਨਵਾਦੀ ਹਾਂ ਇਸ ਸੰਗਤ ਦਾ ਜਿਨ੍ਹਾਂ ਨੇ ਇੰਨਾ ਪਿਆਰ ਦੇ ਕੇ ਇੰਨਾ ਸਤਿਕਾਰ ਦੇ ਕੇ ਮੇਰੀ ਮਾਂ ਨੂੰ ਵਿਦਾ ਕੀਤਾ ਹੈ। ਉਹਨਾਂ ਦੀ ਯਾਤਰਾ ਸਫਲ ਹੋਈ ਹੈ ਮੇਰੇ ਮਾਲਕ। ਕਹਿੰਦੇ ਨੇ ਜਿਸ ਦੀ ਮਈਅਤ ਦੇ ਉੱਤੇ ਇੰਨੇ ਪਿਆਰ ਕਰਨ ਵਾਲੇ ਲੋਕ ਉਸ ਦੇ ਪਿੱਛੇ ਹੋਣ, ਸ਼ਾਮਿਲ ਹੋਣ, ਉਸ ਨੂੰ ਮੋਢਾ ਦੇਣ ਵਾਲੇ ਇੰਨੇ ਹੋਣ, ਉਹ ਉਸਦੀ ਯਾਤਰਾ ਕਿੱਡੀ ਸੁਖਦ ਹੋਏਗੀ। ਔਰ ਜਿਹਨੂੰ ਕੋਈ ਆਂਚ ਨਹੀਂ ਆਈ ਜਾਣ ਲੱਗਿਆ, ਪਰਮਾਤਮਾ ਨੇ ਉਹਨਾਂ ਨੂੰ ਇਸ ਤਰ੍ਹਾਂ ਹੀ ਆਪਣੀ ਲੀਲਾ ਦੇ ਵਿੱਚ ਸਮੇਟ ਲਿਆ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ, ਮੇਰਾ ਖਿਆਲ ਹੈ ਸਾਈਂ ਲੋਕ ਕਹਿੰਦੇ ਨੇ, ਸਿਆਣੇ ਲੋਕ ਕਹਿੰਦੇ ਨੇ ਗੁਰੂ ਨਾਨਕ। ਮੈਂ ਇਸੇ ਕਰਕੇ ਤਾਂ ਲਿਖਿਆ ਸੀ ਮਰ ਜਾਣਾ ਢਹਿ ਜਾਣਾ, ਜਿਹੜਾ ਹੁੰਦਾ ਸੀ ਨਾ ਮਰ ਜਾਣਾ ਮਾਨ ਮਰ ਜਾਣਾ ਜਿਹੜਾ ਲਿਖਿਆ, ਉਹ ਉਹਨਾਂ ਦੀ ਬਦੌਲਤ ਹੀ ਲਿਖਿਆ, ਉਹਨਾਂ ਨੂੰ ਯਾਦ ਕਰਕੇ ਰੱਖਿਆ। ਉਹ ਕਹਿੰਦੇ ਜਦੋਂ ਅਸੀਂ ਬਾਹਲਾ ਖੇਡਦੇ ਹੁੰਦੇ ਸੀ, ਬਾਹਲਾ ਭੱਜਦੇ ਹੁੰਦੇ ਸੀ, ਤਾਂ ਉਹਨਾਂ ਨੇ ਕਹਿਣਾ ਮੈਂ ਮਰ ਜਾਣਾ ਕਿੱਥੋਂ ਹੈ, ਪਤਾ ਲੱਗਿਆ ਖੇਡ ਕੇ ਆਇਆ, ਕਿਤੇ ਸੱਟ ਮਰਵਾ ਕੇ ਆਇਆ, ਲੱਗਦੀਆਂ ਰਹਿੰਦੀਆਂ। ਮਰ ਜਾਣਾ ਢਹਿ ਜਾਣਾ ਲਹਿ ਜਾਣਾ ਟੁੱਟ ਪੈਣਾ, ਇਹ ਸਾਰੇ ਸ਼ਬਦ ਉਹਨਾਂ ਦੇ ਹੈ। ਉਹਨਾਂ ਦੇ ਵਿੱਚ ਮਾਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਗੁੱਸੇ ਵਿੱਚ ਕਹਿ ਜਾਣਾ, ਮਰ ਜਾਣਾ ਢਹਿ ਜਾਣਾ ਵੇ ਤੂੰ, ਰੁੜ ਜਾਣਾ ਲਹਿ ਜਾਣਾ। ਹਰ ਮਾਂ ਆਪਣੇ ਪੁੱਤ ਦੀ ਨਜ਼ਰ ਉਤਾਰ ਤਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ। ਰੱਬ ਸਭ ਦੀਆਂ ਮਾਵਾਂ ਨੂੰ ਸਲਾਮਤ ਰੱਖੇ, ਸਭ ਦੇ ਪਿਤਾ ਸ਼੍ਰੀ ਨੂੰ ਸਲਾਮਤ ਰੱਖੇ, ਉਹਨਾਂ ਦੇ ਕਾਰੋਬਾਰ ਕਬੀਲੇ ਛੋਟੇ ਛੋਟੇ ਬੱਚਿਆਂ ਨੂੰ ਵੀ ਰੱਬ ਤੰਦਰੁਸਤੀਆਂ ਬਖਸ਼ੇ, ਮੰਦਰੁਸਤੀਆਂ ਖੂਬਸੂਰਤੀਆਂ ਬਖਸ਼ੇ, ਸਭ ਰੱਬ ਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਔਰ ਜਿਸ ਸਰਜ਼ਮੀ ਨੇ ਮੈਨੂੰ ਪੈਦਾ ਕੀਤਾ, ਇਹ ਸਰਜ਼ਮੀ ਹਮੇਸ਼ਾ ਸ਼ਾਦ ਔਰ ਆਬਾਦ ਰਹੇ। ਔਰ ਜਿੱਥੇ ਗੁਰੂ ਦਸਵੇਂ ਪਾਤਸ਼ਾਹ ਸਾਹਿਬ ਖੁਦ ਆ ਕੇ ਜਿਨ੍ਹਾਂ ਨੇ ਇੱਥੇ ਦਾਤਨ ਕੱਢੀ ਸੀ, ਔਰ ਉਹਨਾਂ ਦੇ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਅਸੀਂ ਜਿੱਥੇ ਇਸ਼ਨਾਨ ਕਰਦੇ ਹਾਂ ਲੋਕ ਉਸ ਨੂੰ ਪਿਆਰ ਨਾਲ ਇਸ਼ਨਾਨ ਕਰਦੇ ਸੀ, ਪਰ ਅਸੀਂ ਜਦੋਂ ਬੱਚੇ ਹੁੰਦੇ ਸੀ ਅਸੀਂ ਤਾਂ ਸਵਿਮਿੰਗ ਪੂਲ ਬਣਾ ਕੇ ਆਪਣੀ ਜਿਹੜੀ ਟ੍ਰੇਨਿੰਗ ਲੈਂਦੇ ਹੁੰਦੇ ਸੀ, ਪਰ ਫਿਰ ਸਾਡੇ ਛਿੱਤਰ ਵੀ ਪੈਂਦੇ ਹੁੰਦੇ ਸੀ, ਬਾਬਾ ਜੀ ਕਿਤੇ ਆ ਕੇ ਡਾਂਟਦੇ ਹੁੰਦੇ ਸੀਗੇ। ਸਿੰਘ ਸਾਹਿਬ ਜਿਹੜੇ ਜਥੇਦਾਰ ਸੀਗੇ ਉਹ ਕਹਿੰਦੇ ਭੱਜ ਓਏ ਥੱਲੇ ਭੋਰਾ ਸਾਹਿਬ, ਉਹਨਾਂ ਦੇ ਦਰਸ਼ਨ ਕੀਤੇ ਹੋਏ ਸਾਰੀਆਂ। ਸੋ ਇਹ ਯਾਦਾਂ ਹੀ ਹੈ ਬਾਬੇ ਉਹ ਸਾਰੀਆਂ, ਔਰ ਯਾਦਾਂ ਨੂੰ ਸਮੇਟ ਕੇ ਲੈ ਕੇ ਚੱਲਿਆ ਤਾਂ ਕਿ ਇਹਨਾਂ ਯਾਦਾਂ ਨੂੰ ਫਿਰ ਕਿਸੇ ਗੀਤ ਦੇ ਰੂਪ 'ਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਸਕਾਂ, ਆਪਣੀ ਆਡੀਅੰਸ ਦੇ ਸਾਹਮਣੇ, ਆਪਣੇ ਪਿਆਰੇ ਦੇ ਸਾਹਮਣੇ, ਉਹਨਾਂ ਦੀ ਤਕੜੀ ਦੇ ਵਿੱਚ ਖਰੇ ਉਤਰ ਸਕੀਏ। ਹੈਂਜੀ, ਬਸ ਇੰਨੀ ਕੀ ਆਸ਼ਾ ਔਰ ਅਭਿਲਾਸ਼ਾ ਰੱਖਦੇ ਹੋਏ, ਤੁਹਾਡੀ ਸਾਰਿਆਂ ਦੀ ਲੰਮੀ ਉਮਰ ਦੀ ਦੁਆ ਮੰਗਦੇ ਹੋਏ ਮਾਫ਼ੀ ਚਾਹੁੰਦਾ। ਕੋਈ ਗਲਤੀ ਹੋ ਗਈ, ਗੁਸਤਾਖੀ ਹੋਵੇ, ਕਿਸੇ ਨੂੰ ਧੱਕਾ ਮੁੱਕੀ ਵਜਿਆ ਹੋਵੇ, ਉਸ ਲਈ ਵੀ ਮਾਫ਼ੀ ਚਾਹੁੰਦਾ। ਬਹੁਤ ਬਹੁਤ ਗੁਰਦਾਸ ਮਾਨ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਦੁੱਖ ਪ੍ਰਗਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰਦਾਸ ਮਾਨ ਦੇ ਘਰ ਪਹੁੰਚੇ। ਬਾਦਲ ਨੇ ਦੁੱਖ ਦੀ ਇਸ ਘੜੀ ਵਿੱਚ ਗੁਰਦਾਸ ਮਾਨ ਅਤੇ ਉਹਨਾਂ ਦੇ ਭਾਈ ਗੁਰਪੰਥ ਮਾਨ ਨੂੰ ਹੌਸਲਾ ਦਿੰਦੇ ਹੋਏ ਪਰਮਾਤਮਾ ਦਾ ਇਸ ਹੁਕਮ ਨੂੰ ਮੰਨਣ ਲਈ ਕਿਹਾ। ਇਸ ਮੌਕੇ ਉਹਨਾਂ ਕਿਹਾ ਕਿ ਮਾਤਾ ਦੇ ਦੇਹਾਂਤ 'ਤੇ ਦੁੱਖ ਹੈ, ਪਰ ਨਾਲ ਦੀ ਨਾਲ ਫਕਰ ਵੀ ਹੈ ਕਿ ਉਹ ਇੱਕ ਅਜਿਹਾ ਸਪੁੱਤਰ ਦੇ ਗਏ ਜਿਸ ਦਾ ਦੁਨੀਆ ਵਿੱਚ ਨਾਮ ਹੈ। ਇਸ ਮੌਕੇ ਗੁਰਦਾਸ ਮਾਨ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬੜਾ ਅਫਸੋਸ ਹੈ ਜੀ ਕਿ ਗੁਜ਼ਰ ਗਏ, ਸਾਨੂੰ ਫਕਰ ਹੈ ਕਿ ਸਾਨੂੰ ਇੱਕ ਇਹੋ ਜਿਹੇ ਸਪੁੱਤਰ ਦੇ ਗਏ ਜਿਨ੍ਹਾਂ ਨੇ ਆਪਦਾ ਦੁਨੀਆ 'ਚ ਨਾਮ ਪੈਦਾ ਕੀਤਾ। ਸਰ, ਇੱਕ ਕੋਆਪਰੇਟਿਵ ਬੈਂਕ ਨੇ ਜਿਹੜੇ ਉਹ ਕਰੰਸੀ ਨਹੀਂ ਲੈ ਰਹੇ ਜੀ ਪੁਰਾਣੀ, ਅਤੇ ਪੰਜਾਬ ਸਰਕਾਰ ਕੀ ਐਫਰਟਸ ਕਰ ਰਹੀ ਹੈ ਉਹਨਾਂ ਲਈ? ਦੇਖੋ, ਮੈਂ ਪਰਸਨਲੀ
ਫਾਈਨੈਂਸ ਮਿਨਿਸਟਰ ਆਫ ਇੰਡੀਆ ਨੂੰ ਗੱਲ ਕੀਤੀ ਸੀ। ਪਤਾ ਨਹੀਂ ਕਿਸ ਤਰ੍ਹਾਂ ਮੈਂ ਉਹਨਾਂ ਨੂੰ ਆਖਿਆ ਵੀ ਸੀ, ਉਹ ਮੈਨੂੰ ਕਹਿੰਦੇ ਸੀ ਵੀ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਜਿਹੜੇ ਹੈ ਉਹਨਾਂ ਨੂੰ ਅਲਾਊਡ ਹੈ, ਪਰ ਹੋਇਆ ਨਹੀਂ। ਦੁਬਾਰਾ ਮੈਂ ਟਰਾਈ ਕਰੂੰਗਾ ਜੀ, ਮੈਂ ਆਪ ਖੁਦ ਕੀਤਾ ਫਾਈਨੈਂਸ ਮਿਨਿਸਟਰ। ਚੰਗਾ, ਥੈਂਕ ਯੂ। ਗਿੱਦੜਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ। ਔਰ ਯਾ ਜੰਗ।